ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸਜ਼ਾ ਭੁਗਤਣ ਪਹੁੰਚੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜੂਠੇ ਭਾਂਡਿਆਂ ਦੀ ਸੇਵਾ ਕੀਤੀ ਗਈ ਅਤੇ ਉਸ ਤੋਂ ਬਾਅਦ ਪਖਾਨਿਆਂ ਨੂੰ ਸਾਫ਼ ਕੀਤਾ ਗਿਆ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਵੇਖ ਸਕਦੇ ਹੋ ਬਿਕਰਮ ਸਿੰਘ ਮਜੀਠੀਆ ਵੱਲੋਂ ਪਖਾਨਿਆਂ ਨੂੰ ਸਾਫ਼ ਕੀਤਾ ਜਾ ਰਿਹਾ। ਪਖਾਨੇ ਜਿਸ ਨੂੰ ਬਾਥਰੂਮ ਵੀ ਕਹਿੰਦੇ ਨੇ, ਉਹਨਾਂ ਨੂੰ ਸੰਗਤਾਂ ਦੇ ਬਾਥਰੂਮ ਨੂੰ ਸਾਫ਼ ਕਰਨ ਦੀ ਸਜ਼ਾ ਜੂ ਸੀ ਸੁਣਾਈ ਗਈ ਤੇ ਉਸ ਬਿਕਰਮ ਸਿੰਘ ਮਜੀਠੀਆ ਵੱਲੋਂ ਨਿਭਾਈ ਜਾ ਰਹੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਵੇਖ ਸਕਦੇ ਹੋ ਬਿਕਰਮ ਸਿੰਘ ਮਜੀਠੀਆ ਵੱਲੋਂ ਕਿਸ ਤਰ੍ਹਾਂ ਪਖਾਨਿਆਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਵੱਲੋਂ ਜੋ ਵੀ ਗਲਤੀਆਂ ਹੋਈਆਂ ਸੀ, ਉਹਨਾਂ ਗਲਤੀਆਂ ਦੇ ਚਲਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੂੰ ਸਜ਼ਾ ਸੁਣਾਈ ਗਈ ਤੇ ਅੱਜ ਉਹ ਸਜ਼ਾ ਦਾ ਪਹਿਲਾ ਦਿਨ ਸੀ ਤੇ ਸਜ਼ਾ ਭੁਗਤਣ ਦੇ ਲਈ ਸਾਰੇ ਅਕਾਲੀ ਆਗੂ ਪਹੁੰਚੇ ਸਨ। ਉੱਥੇ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਦਰਵਾਜ਼ੇ ਤੇ ਖੜ ਕੇ ਨੀਲਾ ਬਾਣਾ ਪਾ ਕੇ ਸੇਵਾ ਨਿਭਾਈ ਗਈ ਅਤੇ ਉਸ ਤੋਂ ਬਾਅਦ ਜੂਠੇ ਭਾਂਡਿਆਂ ਦੀ ਸੇਵਾ ਨਿਭਾਈ ਗਈ ਤੇ ਬਿਕਰਮ ਸਿੰਘ ਮਜੀਠੀਆ ਨੂੰ ਪਖਾਨੇ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ ਸੀ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਜੋ ਸੰਗਤਾਂ ਦੇ ਬਾਥਰੂਮ ਸੀ ਉਹਨਾਂ ਦੀ ਸਫਾਈ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਪਖਾਨੇ ਸਾਫ਼ ਕਰਨ ਦੀ ਸੇਵਾ ਸਾਬਕਾ ਮੰਤਰੀ ਜਲਜੀਤ ਚੀਮਾ ਤੇ ਚੰਦੂ ਮਾਜਰਾ ਨੂੰ ਵੀ ਮਿਲੀ ਸੀ ਤਾਂ ਉਹਨਾਂ ਦੇ ਵੱਲੋਂ ਵੀ ਸੇਵਾ ਨਿਭਾਈ ਗਈ। ਤਾਂ ਇਸ ਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ। ਉਹ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਨਤਮਸਤਕ ਹੋ ਕੇ ਜੋ ਸਿੰਘ ਸਾਹਿਬਾਨਾਂ ਵੱਲੋਂ ਸੇਵਾ ਲੱਗੀ ਆ, ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ, ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਉਹ ਸੇਵਾ ਅਸੀਂ ਸਾਰਿਆਂ ਨੇ ਉਹਦੀ ਸ਼ੁਰੂਆਤ ਆਰੰਭ ਕੀਤੀ ਆ। ਸੇਵਾ ਕਰਨ ਦਾ ਮੌਕਾ ਮਿਲਿਆ, ਅਰਦਾਸ ਮਹਿਸੂਸ ਕਰਦਾ ਕਿ ਵੇਖੋ ਅਸੀਂ ਦੁਨੀਆਦਾਰੀ ਜੀਵ ਹਾਂ, ਭੁੱਲਣਹਾਰ ਹਾਂ, ਕਲਯੁਗੀ ਜੀ ਹਾਂ, ਸਾਡੇ ਤੋਂ ਪਰਫੈਕਟ ਤਾਂ ਹੈ ਨਹੀਂ ਜੀ। ਸਾਡੇ ਤੋਂ ਜ਼ਿੰਦਗੀ 'ਚ ਕੰਮ ਕਰਦਿਆਂ ਵਿਚਰਦਿਆਂ ਅਨੇਕਾਂ ਹੀ ਢਿੱਲਾਂ ਪੁੱਲਾਂ ਹੋ ਜਾਂਦੀਆਂ ਨੇ। ਸੋ ਅਸੀਂ ਗੁਰੂ ਸਾਹਿਬ ਬਖਸ਼ੰਦ ਨੇ ਅਤੇ ਅਸੀਂ ਤਾਂ ਖਿਨ ਖਿਨ ਭੁੱਲਣਹਾਰ ਹਾਂ। ਔਰ ਗੁਰੂ ਘਰ ਦਾ ਗੋਲਾ, ਗੁਰੂ ਘਰ ਦਾ ਝਾੜੂ ਬਰਦਾਰ ਹੋਣ ਦੇ ਨਾਤੇ ਦਾਸ ਇਹ ਮਹਿਸੂਸ ਕਰਦਾ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਗੁਰੂ ਸਾਹਿਬ ਦੇ ਚਰਨ ਪਰਸਦਾ, ਸੱਚੇ ਦਿਲੋਂ ਨਤਮਸਤਕ ਹੁੰਦਾ, ਢਹਿ ਪੈਂਦਾ ਹੈ ਅਤੇ ਗੁਰੂ ਸਾਹਿਬ ਕਿਰਪਾ ਵੀ ਕਰਦੇ। ਅਸੀਂ ਤਾਂ ਵਾਰ ਵਾਰ ਮੈਂ ਤੁਹਾਨੂੰ ਕਹਿੰਦਾ ਜੀ, ਇੱਕ ਵਾਰੀ ਨਹੀਂ ਲੱਖਾਂ ਵਾਰੀ ਮੇਰੀ ਦਾਸ ਦੀ ਇਹੀ ਅਰਦਾਸ ਰਹੂਗੀ ਕਿ ਅਸੀਂ ਭੁੱਲਣਹਾਰ ਹਾਂ ਔਰ ਗੁਰੂ ਸਾਹਿਬ ਸਮਤ ਬਖਸ਼ਣ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਔਰ ਗੁਰੂ ਦੇ ਚਰਨਾਂ 'ਚੋਂ ਪ੍ਰੇਰਨਾ ਲੈ ਕੇ, ਸਮਤ ਲੈ ਕੇ, ਗੁਰੂ ਦੇ ਚਰਨ ਪਰਸ ਕੇ, ਗੁਰੂ ਦੀ ਧੂੜ ਮਸਤਕ ਲਾ ਕੇ ਚਰਨਾਂ ਦੀ ਦਾਸ ਆਪਦਾ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ। ਕਿਉਂਕਿ ਇਹ ਸਿਆਸੀ ਨਾ ਸਿਆਸੀ ਇਜ਼ ਵਨ ਪਾਰਟ, ਮੇਨ ਮਕਸਦ ਹੈ ਲੋਕ ਸੁਖੀ ਹੈ ਪਰ ਲੋਕ ਸੁਹੇਲੇ। ਇਸ ਲਈ ਉਹ ਸੋਚ ਨਾਲ ਗੁਰੂ ਕਿਰਪਾ ਕਰ ਦੇਣ, ਇੱਕ ਜੀਵਨ ਔਖਾ ਸੌਖਾ ਲੰਘ ਜਾਵੇ ਅਤੇ ਗੁਰੂ ਦੇ ਨਾਲ ਗੁਰੂ ਬਖਸ਼ ਦੇ। ਚਲੋ ਅੱਜ ਨਾ ਜੀ, ਜਿੰਨਾ ਚਿਰ ਤਾਂ ਸੇਵਾ ਚੱਲਦੀ ਹੈ ਉਸ ਵੇਲੇ ਉੱਥੇ ਤੱਕ ਤਾਂ ਹਲੇ ਕੋਈ ਗੱਲ ਦੀ ਫਾਇਦਾ ਨਹੀਂ ਟਿੱਪਣੀ ਕਰਨ ਦਾ। ਸਿੰਘ ਸਾਹਿਬ ਦੇ ਆਦੇਸ਼ ਨੇ, ਸਤਿ ਵਚਨ ਹੈ ਔਰ ਸ਼੍ਰੋਮਣੀ ਅਕਾਲੀ ਦਲ ਤਗੜਾ ਹੋਵੇ, ਰੀਜਨਲ ਪਾਰਟੀ ਤਗੜੀ ਹੋਵੇ, ਪੰਜਾਬ ਦੇ ਲੋਕਾਂ ਦੀ ਆਵਾਜ਼ ਤਗੜੀ ਹੋਵੇ, ਭਾਈਚਾਰਕ ਸਾਂਝ, ਬਾਰਡਰ ਸਟੇਟ, ਅਮਨ ਸ਼ਾਂਤੀ ਕਾਨੂੰਨ ਬਹਾਲ ਰਹੇ ਔਰ ਕੇਂਦਰ 'ਚ ਬੈਠੀਆਂ ਨੈਸ਼ਨਲ ਪਾਰਟੀਆਂ ਦਿੱਲੀ 'ਚ ਬਹਿ ਕੇ ਉਹ ਇਹੋ ਜਿਹੀ ਸਾਜਿਸ਼ ਨਾ ਕੋਈ ਰਚਨ ਜਿਹਦੇ ਨਾਲ ਸੂਬੇ ਦੀ ਆਵਾਜ਼ ਜਾਂ ਰੀਜਨਲ ਪਾਰਟੀ ਕਮਜ਼ੋਰ ਹੋਵੇ। ਇਸ ਲਈ ਸਾਰਿਆਂ ਨੂੰ ਸਿਰ ਜੋੜ ਕੇ ਆਪਣੇ ਗਿਲੇ ਸ਼ਿਕਵੇ ਵੈਰ ਵਿਰੋਧ ਭੁਲਾ ਕੇ ਸ਼ੁੱਡ ਵਰਕ ਫੋਰ ਦ ਪੀਪਲ ਆਫ ਪੰਜਾਬ, ਪੰਜਾਬ ਦੇ ਲੋਕਾਂ ਲਈ ਕੰਮ ਕਰੋ। ਥੈਂਕ ਯੂ।